ਅੱਜ ਦੀ ਪੀਸੀ ਚ ਹੋਣ ਵਾਸਤੇ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਟਾਈਮ ਕੱਢਿਆ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਜਿਹੜੇ ਅੱਜ ਕੁਝ ਥਾਵਾਂ ਤੇ ਸਾਡੇ ਨਾਲ ਵੀ ਗਏ ਮੀਡੀਆ ਕਰਮੀ ਮੇਰੇ ਨਾਲ ਸਾਡੇ ਪ੍ਰਿੰਸੀਪਲ ਸੈਕਟਰੀ ਅਫਸੀਆਤ ਸਰਦਾਰ ਸਰਜੀਤ ਸਿੰਘ ਹੋਣੀ ਡੀਸੀ ਸਾਹਿਬ ਬਠਿੰਡਾ ਡਾਇਰੈਕਟਰ ਸਾਹਿਬ ਬਸ ਤੁਹਾਡੇ ਨਾਲ ਦੋ ਚਾਰ ਮਿੰਟ ਹੀ ਲਾਉਣੇ ਆ ਕਿਉਂਕਿ ਬਹੁਤ ਚੀਜ਼ਾਂ ਰਸਤੇ 'ਚ ਵੀ ਆਪਾਂ ਕੀਤੀਆਂ ਤੁਹਾਨੂੰ ਸਭ ਨੂੰ ਪਤਾ ਕਿ ਅੱਜ ਅਸੀਂ ਸਾਰੇ ਲੋਕ ਸਾਰੇ ਸਾਡੇ ਅਫਸਰ ਪੰਜਾਬ ਦੇ ਅਸੀਂ ਜਿਹੜੇ ਸਾਡੇ 7 ਜ਼ਿਲ੍ਹੇ ਆ ਜਿੱਥੇ ਨਰਮਾ ਪੱਟੀ ਆ ਜਿੱਥੇ ਸਾਡੇ ਕਿਸਾਨ ਨਰਮਾ ਬੀਜਦੇ ਆ ਉਹਨਾਂ 'ਚ ਬਠਿੰਡਾ ਮਾਨਸਾ ਮੁਕਤਸਰ ਫਾਜ਼ਿਲਕਾ ਫਰੀਦਕੋਟ ਸੰਗਰੂਰ ਤੇ ਬਰਨਾਲਾ ਇਹਨਾਂ 7 ਜ਼ਿਲ੍ਹਿਆਂ ਦੇ ਵਿੱਚ ਸਾਡੇ ਕਿਸਾਨ ਨਰਮੇ ਦੀ ਜਿਹੜੀ ਖੇਤੀ ਕਰਦੇ ਆ ਸਾਡੇ ਕੋਲ ਕੱਲ੍ਹ ਸਵੇਰੇ ਹੀ ਬੀਤੇ ਕੱਲ ਰਿਪੋਰਟ ਗਈ ਸੀ ਕਿ ਕੁਝ ਥਾਵਾਂ ਦੇ ਉੱਤੇ ਗੁਲਾਬੀ ਸੁੰਡੀ ਜਿਹੜੀ ਬੜੀ ਖਤਰਨਾਕ ਹੈ ਉਹਦਾ ਅਟੈਕ ਜਿਹੜਾ ਨਰਮੇ 'ਤੇ ਆਇਆ ਅਤੇ ਬੀਤੇ ਕੱਲ੍ਹ ਹੀ ਸਾਡੀ ਸਟੇਟ ਦੀ ਮੀਟਿੰਗ ਸੀਗੀ ਅਤੇ ਮੈਂ ਸਭ ਅਧਿਕਾਰੀਆਂ ਨੂੰ ਕਿਹਾ ਕਿ ਆਪਾਂ ਨੂੰ ਸਵੇਰੇ ਹੀ ਗਰਾਊਂਡ 'ਤੇ ਜਾ ਕੇ ਸਭ ਚੀਜ਼ਾਂ ਦਾ ਪਤਾ ਕਰਨਾ ਚਾਹੀਦਾ ਸੋ ਅਸੀਂ ਕੱਲ੍ਹ ਜਿਹੜੀਆਂ ਸਾਡੀਆਂ ਜ਼ਿਲ੍ਹਾ ਲੈਵਲ ਦੀਆਂ ਮੀਟਿੰਗਾਂ ਟੀਮਾਂ ਸੀਗੀਆਂ ਉਹ ਅਸੀਂ 37 ਟੀਮਾਂ ਕੱਲ੍ਹ ਬਣਾਈਆਂ ਸੀਗੀਆਂ ਉਹਨਾਂ ਦੇ ਨਾਲ ਥੱਲੇ ਬਲਾਕ ਲੈਵਲ ਦੀਆਂ ਵੀ ਟੀਮਾਂ ਅਸੀਂ ਸੱਦੀਆਂ ਫਿਰ ਅਤੇ ਸਾਡੀਆਂ ਕੁੱਲ ਜਿਹੜੀਆਂ ਟੀਮਾਂ ਜਿਨ੍ਹਾਂ ਨੇ ਅੱਜ ਕੰਮ ਕੀਤਾ 230 ਟੀਮਾਂ ਸੀਗੀਆਂ ਸਾਡੀਆਂ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਆਈਆਂ ਸੀਗੀਆਂ ਇਹਨਾਂ 7 ਜ਼ਿਲ੍ਹਿਆਂ ਦੇ ਵਿੱਚ ਗਈਆਂ ਔਰ ਅਸੀਂ 751 ਥਾਵਾਂ 'ਤੇ ਗਏ 751 ਜਗ੍ਹਾ ਜਿਹੜੀਆਂ ਸਾਡੇ ਅਫਸਰਾਂ ਨੇ ਅੱਜ ਚੈੱਕ ਕੀਤੀਆਂ ਜਿੱਥੇ ਜਿੱਥੇ ਨਰਮਾ ਸੀਗਾ ਔਰ ਜਿਹੜੀ ਸਾਨੂੰ ਡਰ ਸੀ ਜਿਸ ਤੋਂ ਅਸੀਂ ਜ਼ਿਆਦਾ ਡਰ ਗਏ ਅਜੇ ਜੇ ਸਾਡਾ ਡਰ ਜਿਹੜਾ ਬਰਕਰਾਰ ਹੈ ਕਿਉਂਕਿ ਹੁਣੇ ਹੀ ਮੀਟਿੰਗ ਦੇ ਵਿੱਚ ਸਾਡੇ ਲੁਧਿਆਣਾ ਯੂਨੀਵਰਸਿਟੀ ਦੇ ਡਾਕਟਰ ਵੀ ਆਏ ਸੀਗੇ ਉਹਨਾਂ ਨੇ ਕਿਹਾ ਕਿ ਗੁਲਾਬੀ ਸੁੰਡੀ ਦਾ ਜਿਹੜਾ ਅਟੈਕ ਹੈ ਉਹ ਅਜੇ ਆਉਣ ਦਾ ਸਮਾਂ ਬਾਕੀ ਹੈ ਉਹ ਅਜੇ 2 ਹਫ਼ਤੇ ਆਪਾਂ ਖਤਰੇ ਵਾਲੀ ਸਥਿਤੀ ਦੇ ਵਿੱਚ ਹੈ ਅਗਲੇ 15 ਦਿਨਾਂ 'ਚ ਉਹ ਆ ਸਕਦਾ ਔਰ ਅੱਜ ਜਿਹੜਾ ਅਸੀਂ ਚੈੱਕ ਕੀਤਾ 730 ਥਾਵਾਂ ਦੇ ਵਿੱਚੋਂ 370 ਦੇ ਉੱਤੇ ਚਿੱਟੀ ਮੱਖੀ ਵਾਈਟ ਫਲਾਈਟ ਜਿਹੜਾ ਕਹਿੰਦੇ ਆ ਵਾਈਟ ਫਲਾਈ ਉਹਦਾ ਅਟੈਕ ਜਿਹੜਾ ਸਾਡੇ ਅਧਿਕਾਰੀਆਂ ਨੇ ਨੋਟ ਕੀਤਾ ਕਿ 317 ਦੇ ਉੱਤੇ 370 ਥਾਵਾਂ 'ਤੇ ਪਾਇਆ ਗਿਆ ਇਹਦਾ ਮਤਲਬ ਕਿ ਜਿਹੜਾ ਵਾਈਟ ਫਲਾਈ ਦਾ ਅਟੈਕ ਜਿਹੜਾ ਬਹੁਤ ਤੇਜ਼ੀ ਦੇ ਨਾਲ ਔਰ ਬਹੁਤ ਜ਼ਿਆਦਾ ਅਸੀਂ ਕਾਫੀ ਚਿੰਤਤ ਹਾਂ ਉੱਤੇ ਹੁਣੇ ਹੀ ਵਿਚਾਰ ਕੀਤੀ ਹੈ ਕਿ ਉਹਨੂੰ ਕਿੱਦਾਂ ਕੰਟਰੋਲ ਕਰਨਾ ਪਰਮਾਤਮਾ ਕਦੇ ਥੋੜ੍ਹੀ ਬਾਰਿਸ਼ ਹੋ ਜਾਵੇ ਜਿੱਦਾਂ ਆਪਾਂ ਨੂੰ ਕਿਸਾਨਾਂ ਨੇ ਵੀ ਦੱਸਿਆ ਸੀ ਡਾਕਟਰਾਂ ਨੇ ਦੱਸਿਆ ਕਿ ਜੇ ਵੈਦਰ ਕੁਛ ਠੀਕ ਹੋ ਗਿਆ ਤਾਂ ਉਹ ਵੀ ਸਾਡਾ ਸਹਿਯੋਗ ਕਰੂਗਾ ਬਾਕੀ ਅਸੀਂ ਕੁਝ ਥਾਵਾਂ 'ਤੇ ਡਾਕਟਰ ਸਾਡੇ ਕਿਸਾਨਾਂ ਨੂੰ ਸੁਜੈਸਟ ਵੀ ਕਰਕੇ ਆਏ ਕਿ ਇਹਦੇ ਲਈ ਕਿਹੜੀ ਦਵਾਈ ਯੂਜ਼ ਕਰਨੀ ਹੈ ਉਹ ਵੀ ਕਰਾਂਗੇ ਬਟ ਅਸੀਂ ਪਿੰਡ ਵੰਡਤੇ ਆਪਣੀਆਂ ਟੀਮਾਂ ਨੂੰ ਆਪਣੇ ਪਿੰਡ ਵੰਡ ਕੇ ਉਹਨਾਂ ਦੀ ਡਿਊਟੀ ਲਾਤੀ ਹੈ ਕਿ ਉਹ ਹਫ਼ਤੇ 'ਚ 2 ਵਾਰ ਜਾਣਗੇ ਮਿਲਣਗੇ ਕਿਸਾਨਾਂ ਨੂੰ ਦੇਖ ਕੇ ਆਉਣਗੇ ਕਿ ਸਥਿਤੀ ਕੀ ਹੈ ਕਿਹੜੀ ਦਵਾਈ ਕਰਨੀ ਹੈ ਉਹ ਗਾਈਡ ਕਰਕੇ ਆਉਣਗੇ ਔਰ ਜਿੱਥੇ ਕਿਤੇ ਜਿਸ ਏਰੀਏ ਦੇ ਵਿੱਚ ਜੇ ਪ੍ਰੋਬਲਮ ਹੱਲ ਨਾ ਹੋਈ ਉਹਦੇ ਲਈ ਸੰਬੰਧਿਤ ਜੇ ਟੀਮ ਹੋਊਗੀ ਉਹਦੀ ਜਵਾਬਦੇਹੀ ਤੈਅ ਕੀਤੀ ਜਾਊਗੀ ਉਹਨੂੰ ਮਤਲਬ ਜਿਹੜਾ ਉਹਨੂੰ ਜਵਾਬ ਦੇਣਾ ਪਊਗਾ ਕਿ ਕਿਉਂ ਨਹੀਂ ਉੱਥੇ ਕੰਟਰੋਲ ਹੈ ਔਰ ਅਸੀਂ ਫਿਰ ਇੱਕ ਵਾਰ ਸਾਰੀਆਂ ਟੀਮਾਂ 28 ਜੁਲਾਈ ਨੂੰ ਫਿਰ ਇੱਕ ਵਾਰ ਮੈਦਾਨ 'ਚ ਉਤਰਾਂਗੇ ਸਭ ਅਸੀਂ ਮੈਂ ਵੀ ਆਊਂਗਾ ਸਭ ਸਾਡੇ ਅਫਸਰ ਆਉਣਗੇ ਸਾਰੇ ਅਸੀਂ ਫਿਰ ਇੱਕ ਵਾਰ ਕਿਸਾਨਾਂ ਕੋਲ ਜਾਵਾਂਗੇ ਕਿਉਂਕਿ ਉਦੋਂ ਤੱਕ ਗੁਲਾਬੀ ਸੁੰਡੀ ਦਾ ਕਿੰਨਾ ਕੁ ਖਤਰਾ ਹੈ ਇਹਦਾ ਜਿਹੜਾ ਪਤਾ ਲੱਗ ਜੂਗਾ ਉਹਦੇ ਲਈ ਕਿੱਦਾਂ ਲੜਾਈ ਲੜਨੀ ਆ ਉਸ ਟਾਈਮ 'ਤੇ ਆਪਾਂ ਤੈਅ ਕਰਾਂਗੇ ਸੋ ਮੈਨੂੰ ਲੱਗਾ ਕਿ ਅੱਜ ਦਾ ਜਿਹੜਾ ਸਾਡਾ ਟੋਟਲ ਸਾਡੇ ਅਧਿਕਾਰੀਆਂ ਦਾ ਸਾਡੀਆਂ ਟੀਮਾਂ ਦਾ ਡੀਸੀ ਸਾਹਿਬ ਦਾ
लोकल टीमां दा जिन्ना इन्हां ने सहयोग किया जिन्ना वर्क किया बहुत वधिया किया। और शायद मेरा ख्याल हिस्ट्री च पहली बार होया कि पंजाब च वजवें रूप दे विच किसे खेतीबाड़ी मंत्री की अगवाई हेठ किसे योग मुख्यमंत्री की अगवाई हेठ सरदार भगवंत सिंह मान जी की अगवाई हेठ उन्होंने टीम वालों अज इन्ना बड़ा उद्यम करके किसानों के कोल जाके देखिया मौके ते और उहदा हल जिहड़ा वह भी असी जिथे भी लोड़ पवेगी साडा महकमा किसानों के नाल चट्टान की तरह खड़ा और जिहड़ा